ਨਾਲ ਦੀ ਨਾਲ ਇੱਕ ਹੋਰ ਸਕੀਮ ਸ਼ੁਰੂ ਹੋ ਰਹੀ ਹੈ ਆਟਾ ਦਾਲ ਸਕੀਮ ਉਹ ਵੀ ਘਰ ਘਰ ਜਾ ਕੇ ਉਹ ਵੀ ਤੁਹਾਨੂੰ ਫੋਨ ਕਰਕੇ ਪੁੱਛ ਕੇ ਕੋਈ ਬੰਦਾ ਦਿਹਾੜੀ ਤੇ ਗਿਆ ਹੋਇਆ ਹੈ ਉਧਰੋਂ ਆਟਾ ਦਾਲ ਵਾਲੀ ਗੱਡੀ ਲੰਘੀ ਉਹ ਫਿਰ ਕਿੱਥੋਂ ਲੱਭੂਗਾ ਅਸੀਂ ਪੁੱਛਾਂਗੇ ਕਿ ਜੀ ਕਿੰਨੇ ਵਜੇ ਆਈਏ ਘਰੇ ਜੇ ਤੁਸੀਂ ਕਹੋਗੇ ਜੀ 6 ਵਜੇ ਦਿਹਾੜੀ ਤੋਂ ਆਉਣਾ ਮੈਂ ਸਾਢੇ 6:00 ਆਜੋ ਸਾਢੇ 6:00 ਆ ਕੇ ਤੁਹਾਡੇ ਘਰੇ ਆਟਾ ਦਾਲ ਜਿਹੜੇ ਆ ਉਹ ਆ ਕੇ ਫੜਾ ਕੇ ਜਾਣਗੇ ਔਰ ਆਟਾ ਦਾਲ ਦੀ ਕੁਆਲਿਟੀ ਉਹੀ ਹੋਊਗੀ ਜਿਹੜੀ ਵੱਡੇ ਵੱਡੇ ਮੰਤਰੀ ਜਾਂ ਜਿਹੜੀ ਸਾਡੇ ਘਰੇ ਰੋਟੀ ਪੱਕਦੀ ਆ ਆਟਾ ਹੋਇਆ ਜੇ ਹੋਊਗਾ ਇਹ ਪਹਿਲਾਂ ਵਾਲਿਆਂ ਵਾਂਗੂ ਸੱਸਰੀਆਂ ਆਲਾ ਜਾਂ ਗਲੀ ਸੜੀ ਕਣਕ ਜਾਂ ਕੋਈ ਉਹ ਪੋ ਨਹੀਂ ਹੋਊਗਾ ਕਿ ਅਸੀਂ ਮਾਨਵਤਾ ਨੂੰ ਜਿਹੜਾ ਉਹ ਕੋਈ ਮਜ਼ਾਕ ਉਹ ਜਾਂ ਮਜ਼ਾਕ ਕਰੀ ਇਹੋ ਨਹੀਂ ਹੋਊਗਾ ਸੋ ਇਸ ਕਰਕੇ ਅੱਜ ਤੁਹਾਡੇ ਕੋਲੇ ਆਏ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਦੋਂ ਦੱਸਿਆ ਕਿ ਅਸੀਂ ਇਸ ਦਿਨ ਸ਼ੁਰੂਆਤ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਮੈਂ ਵੀ ਆਉਣਾ ਚਾਹਨਾ ਮੈਂ ਉਸ ਧਰਤੀ ਨੂੰ ਨਤਮਸਤਕ ਹੋਣਾ ਚਾਹਨਾ ਜਿੱਥੋਂ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦਾ ਲੰਗਰ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਉਹ ਲੰਗਰ ਚੱਲੀ ਜਾਂਦਾ ਹੈ ਉਹ ਮੁੱਕਣਾ ਨਹੀਂ ਉਹ ਜੁਗੋ ਜੁਗ ਚੱਲੂਗਾ ਉਹ ਲੰਗਰ ਨਹੀਂ ਮੁੱਕਣਾ ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ ਮੈਨੂੰ ਮੈਂ ਦੇਖਿਆ ਬਹੁਤ ਸਾਰੀਆਂ ਬੱਸਾਂ ਜਿਹੀ ਆਈ ਜਾਂਦੀਆਂ ਤੁਹਾਡਾ ਪਿਆਰ ਹੀ ਇੰਨਾ ਹੈ ਔਰ ਧੂਰੀ ਵਾਲੇ ਉਹ ਤੁਸੀਂ ਤਾਂ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਧੂਰੀ ਜਿਹੜਾ ਉਪਾ ਪੰਜਾਬ ਦੀ ਰਾਜਨੀਤੀ ਦੀ ਧੁਰੀ ਬਣੂਗਾ ਧੁਰੀ ਧੁਰੀ ਦੇ ਆਲੇ ਦੁਆਲੇ ਘੁੰਮਦਾ ਹੁੰਦਾ ਹੈ ਨਾ ਸਾਰਾ ਕੁਝ ਸੋ ਤੁਸੀਂ ਧੁਰੀ ਹੋ ਜੇ ਇੱਕ ਦਲ ਔਂਕਰ ਕੱਟ ਲਈਏ ਤਾਂ ਦੇ ਨੂੰ ਔਂਕਰ ਲਾ ਦੀਏ ਕੱਲੀ ਤਾਂ ਧੁਰੀ ਬਣ ਜਾਂਦਾ ਹੈ ਸੋ ਤੁਸੀਂ ਧੁਰੀ ਹੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੇ ਆਪ ਦੇ ਨਾਂ ਤੇ ਵੀ